ਮਾਨਯੋਗ DGP ਸਾਹਿਬ ਦੀਆਂ ਹਦਾਇਤਾਂ ਮੁਤਾਬਕ ਗੁਰੂ ਕੀ ਨਗਰੀ ਅੰਮ੍ਰਿਤਸਰ ਨੂੰ ਨਸ਼ਾ ਮੁਕਤ ਬਣਾਉਣ ਦੇ ਅਭਿਆਨ ਚਲਾਉਣ ਦੇ ਨਾਲ ਕਮਿਸ਼ਨਰੇਟ ਪੁਲਿਸ ਦੇ ਅਧਿਕਾਰੀਆਂ ਨੇ ਕਰਮਚਾਰੀਆਂ ਨੇ ਬੜੇ ਅਣਥੱਕ ਯਤਨ ਕਰਕੇ 4 ਕਿਲੋ ਜਿਹੜੀ ਹੀਰੋਇਨ ਰਿਕਵਰ ਕੀਤੀ ਆ। ਇੱਕ ਜਿਹੜਾ ਮੇਨ ਗੈਂਗ ਹੈਗਾ ਜਿਹੜਾ ਕ੍ਰੋਸ ਬਾਰਡਰ ਨਾਰਕੋ ਟੈਰੋਰਿਜ਼ਮ ਦਾ ਕੰਮ ਕਰਦਾ ਉਹ ਬਸਤ ਕੀਤਾ, ਜਿਨ੍ਹਾਂ 'ਚੋਂ 7 ਗੱਡੀਆਂ, 2 ਲੱਖ ਰੁਪਏ ਡਰੱਗ ਮਨੀ, ਇੱਕ ਜਗਿਆਨਾ ਪਿਸਟਲ, 1 32 ਬੋਰ ਪਿਸਟਲ ਅਤੇ ਲਾਈਵ ਕੈਟਰੇਜਸ ਇਹ ਸਾਰੇ ਬਰਾਮਦ ਹੋਏ ਨੇ। ਇੱਕ ਭਰਿੰਡੇ ਥਾਣੇ ਦਾ ਬੰਦਾ ਰਣਜੀਤ ਸਿੰਘ ਕਾਕਾ ਇਹ 307 ਦੇ ਵਿੱਚੋਂ 2 ਕੇਸਾਂ 'ਚ ਵਾਂਟਡ ਹੈਗੇ ਸੀਗੇ। ਪੁਲਿਸ ਨੂੰ ਕਲਿਊ ਮਿਲਣ 'ਤੇ ਉਹ 307 ਦੇ ਬੰਦਿਆਂ ਤੋਂ ਉਹਨਾਂ ਨੂੰ ਅਰੈਸਟ ਕਰ ਕੇ ਇਹਨਾਂ ਦੇ ਫਰਦਰ ਓਪਰੇਸ਼ਨ ਦੌਰਾਨ ਵੱਖ ਵੱਖ ਸਮਿਆਂ ਦੌਰਾਨ ਟੋਟਲ 4 ਕਿਲੋ ਜਿਹੜੀ ਆ ਪੁਲਿਸ ਆ ਜਿਹੜੀ ਸਾਡੀ 4 ਕਿਲੋ ਅਤੇ 10 ਗ੍ਰਾਮ ਹੀਰੋਇਨ ਰਿਕਵਰ ਕਰਨ 'ਚ ਕਾਮਯਾਬ ਹੋਈ ਆ। ਇਹ ਇੱਕ ਬਹੁਤ ਹੀ ਅਹਿਮ ਜਿਹੜਾ ਨੈਟਵਰਕ ਸੀਗਾ ਜਿਹੜਾ ਪੁਲਿਸ ਨੂੰ ਵੱਖ ਵੱਖ ਕੇਸਾਂ 'ਚ ਲੋੜੀਂਦਾ ਸੀਗਾ। ਇਹ 8 ਬੰਦੇ ਜਿਹੜੇ ਇਸ ਕੇਸ 'ਚ ਇਨਵੋਲਵ ਨੇ, ਸਾਰਿਆਂ ਦਾ ਜਿਹੜੀ ਪ੍ਰੀਵੀਅਸ ਹਿਸਟਰੀ ਆ ਕੋਈ NDPS ਦੀ ਨਹੀਂ ਸੀ, ਪਰੰਤੂ ਇਹ IPS ਦੇ ਕ੍ਰਿਮੀਨਲ ਕੇਸਾਂ 'ਚ ਕਿਸੇ ਨਾ ਕਿਸੇ ਛੋਟੇ ਛੋਟੇ ਕੇਸਾਂ 'ਚ ਵਾਂਟਡ ਹੈਗੇ ਸੀਗੇ। ਇਹਨਾਂ ਨੂੰ ਅਰੈਸਟ ਕਰਕੇ ਸਾਨੂੰ ਇੱਕ ਵੱਡੀ ਵੱਡੀ ਸਫਲਤਾ ਪ੍ਰਾਪਤ ਹੋਈ ਆ, ਜਿਹਦੇ ਨਾਲ ਅਸੀਂ ਅੰਮ੍ਰਿਤਸਰ ਸ਼ਹਿਰ ਦੇ ਵਿੱਚੋਂ ਅਤੇ ਅੰਮ੍ਰਿਤਸਰ ਦੇ ਆਲੇ ਦੁਆਲੇ 'ਚੋਂ ਇਸ ਨੂੰ ਨਸ਼ਾ ਮੁਕਤ ਕਰਨ 'ਚ ਕਾਮਯਾਬ ਹੋਣ ਲਈ ਕੁੱਲ 8 ਜਣੇ ਗ੍ਰਿਫਤਾਰ ਹੋਏ ਨੇ। ਇਹਨਾਂ ਦਾ ND ਦਾ ਕ੍ਰਿਮੀਨਲ ਰਿਕਾਰਡ ਨਹੀਂ ਹੈਗਾ। ਇਹਨਾਂ ਦੇ 307 ਦੇ ਪਰਚੇ ਸੀ, 2 ਬੰਦੇ 307 ਦੇ ਵਿੱਚ ਵਾਂਟਡ ਸੀਗੇ। ਸਾਨੂੰ ਸਾਡੇ CIA ਇੰਸਪੈਕਟਰ ਅਮਨਦੀਪ ਸਿੰਘ, ADCP ਸੰਧੂ ਸਾਹਿਬ, ADCP ਸਿਟੀ 1 ਦਰਪਨ ਅਤੇ ਕੁਲਦੀਪ ਸਿੰਘ ਜੀ, ਇਹਨਾਂ ਨੇ ਇਹ ਸਾਰਾ ਆਪਰੇਸ਼ਨ ਬੜੇ ਲੰਬੇ ਸਮੇਂ ਤੋਂ ਇਹਨੂੰ ਮੋਨੀਟਰ ਕਰਦੇ ਆ ਰਹੇ ਸੀ। ਇਹ ਸਾਨੂੰ ਵਾਂਟਡ ਸੀਗੇ। ਇਹ ਬੰਦਾ ਇਕੱਲਾ ਇਕੱਲਾ ਬੰਦਾ ਫੜ ਕੇ ਅਰੈਸਟ ਕਰਕੇ ਉਹਦੀ ਬੈਕਵਰਡ ਲਿੰਕੇਜ ਜਾ ਕੇ ਉਹਦੀ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ 'ਚ ਜਾ ਕੇ ਇਹ ਸਾਰੀ ਟੀਮ ਨੇ ਪੂਰੀ ਮਿਹਨਤ ਕਰਕੇ ਇਹਨਾਂ ਨੂੰ ਕਈ ਦਿਨਾਂ ਦਾ ਇਹ ਜਿਹੜਾ ਓਪਰੇਸ਼ਨ ਸੀਗਾ ਇਹਨੂੰ ਅਲਟੀਮੇਟਲੀ ਕੱਲ੍ਹ ਅਨਅਰਥ ਕਰਕੇ ਇਹਨੂੰ ਕੰਪਲੀਟ ਕੀਤਾ। ਉਹ ਸਟਿਲ ਵੀ ਆਰ ਇਨਵੈਸਟੀਗੇਟਨ ਇਹਨਾਂ ਦੀ ਇੰਟੈਰੋਗੇਸ਼ਨ ਦੌਰਾਨ ਇਹ ਸਾਡੀ ਬੈਕਵਰਡ ਆ। ਨੋਰਮਲੀ ਇਹ ਹੋਪਫੁਲੀ ਡਰੋਨ ਦੇ ਰਾਹੀਂ ਜਿਹੜੀ ਬਰੋਂ ਆਈ ਸੀ। ਇਹ ਇਹਨਾਂ ਦੀ ਇੰਟੈਰੋਗੇਸ਼ਨ ਤੋਂ ਹਲੇ ਸਾਰਾ ਕੁਛ ਜਿਹੜੇ ਪੁਆਇੰਟਸ ਨੇ ਇਹ ਕਲੈਰੀਫਾਈ ਕਰਾਂਗੇ। ਇਹ ਜਿਹੜੀ ਇਹ ਸੀ ਇਹ ਆਲਮੋਸਟ ਇੱਥੇ ਲੋਕਲ ਜਿਹੜੀ ਹੈ ਸਰਕੂਲੇਸ਼ਨ ਲਈ ਸੀ। ਏਜ ਇਹਨਾਂ ਦੀ 20 ਤੋਂ 25 ਸਾਲ ਦੇ ਗਰੁੱਪ ਦੇ ਬੰਦੇ ਹੈ। ਨਹੀਂ, ਫੈਮਿਲੀ ਹਿਸਟਰੀ ਨਹੀਂ ਹੈ ਇਹਨਾਂ ਦੀ ਫੈਮਿਲੀ। ਮੈਟਰ ਆਫ ਇਨਵੈਸਟੀਗੇਸ਼ਨ ਆ, ਅਸੀਂ ਕਰਕੇ ਸਾਰਿਆਂ ਦੇ ਲਿੰਕਸ 'ਤੇ ਫਾਰਵਰਡ ਲਿੰਕ ਵੀ ਕਰਾਂਗੇ, ਬੈਕਵਰਡ ਲਿੰਕ ਵੀ ਕਰਕੇ ਅਸੀਂ ਸਾਰਿਆਂ ਨੂੰ ਅਸੀਂ ਅਨਰਥ ਕਰਕੇ ਜਿਹਦੇ ਖਿਲਾਫ ਜੋ ਕਾਰਵਾਈ ਬਣਦੀ ਉਹ ਕਰਾਂਗੇ। ਇਹ 307 ਜਾਂ ਲੜਾਈਆਂ ਝਗੜਿਆਂ ਦੇ ਪਰਸਨਲ ਜਿਹੜੇ ਆਪਣੇ ਮੁਕੱਦਮੇ ਆ ਉਹਨਾਂ 'ਚ ਇਨਵੋਲਵ ਹੈਗੇ ਸੀਗੇ। ਲੁੱਟਾਂ ਖੋਹਾਂ ਦੇ ਮੁਕੱਦਮਿਆਂ 'ਚ ਐਜ਼ ਆਫ ਨਾਓ ਇਹਨਾਂ ਦਾ ਕੋਈ ਜਿਹੜਾ ਕੋਈ ਸਾਨੂੰ ਸੂਟ ਨਹੀਂ। ਇਹ ਵਾਰ ਵਾਰ ਓਪਰੇਸ਼ਨ ਦੌਰਾਨ ਆ, ਕਦੇ 1/2 ਕਿਲੋ ਫੜ ਲਈ, ਕਦੇ ਫਿਰ 1/2 ਕਿਲੋ ਫੜ ਲਈ, ਕਰਦਿਆਂ ਕਰਾਉਂਦੇ ਆ। ਜਿਹੜੀ ਕੱਲ੍ਹ 1.5 ਕਿਲੋ ਫੜ ਲਈ, ਇਹ ਕੰਪਲੀਟ ਓਪਰੇਸ਼ਨ ਦੌਰਾਨ 4 ਕਿਲੋ ਹੋਈ ਹੈ। ਦੂਸਰੀ ਇਹ ਤਾਂ ਤੁਸੀਂ ਫੜ ਲਈ,
ਕਿੱਥੋਂ ਗੱਲ ਕੀਤੀ ਜਦੋਂ ਠੀਕ ਹੈ ਇਸ ਵੇਲੇ ਸਾਡੀ ਬੰਦਰਗਾਹਾਂ ਜਿਹੜੀਆਂ ਹੱਬ ਬਣੀਆਂ ਪਈਆਂ ਇਸ ਵੇਲੇ ਨਸ਼ੇ ਦੀਆਂ ਸਭ ਨੂੰ ਪਤਾ ਲੱਗਦਾ। ਅੰਮ੍ਰਿਤਸਰ ਕਮਿਸ਼ਨਰੇਟ ਦੇ ਜਿਹੜੇ ਡੀ ਜੀ ਪੀ ਦੇ ਮੁੱਖ ਪਤੇ ਹਦਾਇਤਾਂ ਅਤੇ ਹੋਰ ਜਿਹੜੇ ਪ੍ਰਕੋਸ਼ਨ ਕੀਤੇ ਹੋਏ ਇਹਦੇ ਉੱਤੇ ਕਿਹੜੀ ਕਿਹੜੀ ਸਪੈਸ਼ਲ ਅਸੀਂ ਜਦੋਂ ਤੋਂ ਹੀ ਆਈ ਟੁੱਕ ਚਾਰਜ ਆਫ ਇਟ ਅਸੀਂ ਰੈਗੂਲਰ ਜਿਹੜੇ ਕੈਸੋਜ਼ ਕਰ ਰਹੇ ਹਾਂ। ਸਿਰਫ ਇਹ ਇੱਕ ਸਾਡੀ ਅਲੱਗ ਰਿਕਵਰੀ ਆ, ਜਿਹੜੀਆਂ ਛੋਟੀਆਂ ਰਿਕਵਰੀਆਂ ਜਦੋਂ ਤੋਂ ਅਸੀਂ ਇੱਕ ਹਫ਼ਤੇ ਦੌਰਾਨ ਪਿਛਲੇ 8 ਦਿਨਾਂ ਦੌਰਾਨ ਅਸੀਂ 31 ਜਿਹੜੇ ਕੇਸ ਰਜਿਸਟਰ ਕੀਤੇ ਨੇ, ਜਿਨ੍ਹਾਂ 'ਚੋਂ 41 ਬੰਦੇ ਅਸੀਂ ਅਰੈਸਟ ਕੀਤੇ ਨੇ। ਐਨ ਡੀ ਪੀ ਐਸ ਦੇ 31 ਕੇਸ 7 ਜਾਂ 8 ਦਿਨਾਂ 'ਚ ਦਰਜ ਹੋ ਕੇ 41 ਬੰਦੇ ਅਰੈਸਟ ਕੀਤੇ ਨੇ। ਉਹਨਾਂ ਤੋਂ 1,71,000 ਡਰੱਗ ਮਨੀ ਮਿਲੀ ਆ ਅਤੇ ਕਰੀਬ 1.25 ਕਿਲੋ ਜਿਹੜੀ ਉਹਨਾਂ ਤੋਂ ਪੁਆਇੰਟ ਆਫ ਸੇਲ ਤੋਂ, ਜਿੱਥੇ ਉਹ ਵੇਚਦੇ ਸੀ ਪੁਆਇੰਟ ਆਫ ਸੇਲ ਤੋਂ ਅਰੈਸਟ ਪਾ ਕੇ ਡਿਫਰੈਂਟ, ਮਤਲਬ ਸਾਰੇ ਕੇਸਾਂ ਦੌਰਾਨ ਜਿਹੜੇ ਬੰਦੇ ਆ ਉਹ ਅਰੈਸਟ ਕੀਤੇ ਨੇ। ਅਸੀਂ ਹਰ ਸੰਭਵ, ਭਾਵੇਂ ਕ੍ਰੋਸ ਬਾਰਡਰ ਹੈਗਾ, ਭਾਵੇਂ ਲੋਕਲ ਹੈਗਾ, ਪੁਆਇੰਟ ਆਫ ਸੇਲ ਆ, ਜਿਸ ਤਰ੍ਹਾਂ ਦਾ ਵੀ ਓਪਰੇਸ਼ਨ ਆ, ਅਸੀਂ ਸਾਰਿਆਂ ਨੂੰ ਕਰਨ ਲਈ ਸਾਡੀ ਪੁਲਿਸ ਆ ਜਿਹੜੀ, ਵੀ ਆਰ ਕਮਿਟਡ ਟੂ ਡੂ ਦੈਟ। ਇਹ ਜਿੰਗਿਆਨਾ ਆਪਣਾ ਨਹੀਂ ਹੈਗਾ, ਇਹ ਪਾਕਿਸਤਾਨ ਮੇਡ ਪਿਸਟਲ ਹੈਗਾ, ਇਹ ਪਾਕਿਸਤਾਨ ਦੇ ਵਿੱਚ ਹੀ ਬਣਦਾ ਗਾ, ਉੱਥੋਂ ਉਹਨਾਂ ਨੇ ਬਾਹਰੋਂ, ਇਹ ਵੀ ਬਾਹਰੋਂ ਆਇਆ ਵਾ। ਇਸ ਕੇਸ ਦੇ ਵਿੱਚ ਮੱਧ ਪ੍ਰਦੇਸ਼ ਦਾ ਕੋਈ ਵੈਪਨ ਰਿਕਵਰ ਨਹੀਂ ਹੋਇਆ, ਇਹ ਪਾਕਿਸਤਾਨ ਸਾਈਡ ਤੋਂ ਜਿਹੜੇ ਦੋਨੇ ਆਏ ਹੋਏ ਨੇ ਉਹ ਵੈਪਨ ਰਿਕਵਰ ਹੋਏ ਨੇ। ਜੇ ਕੋਈ ਉਦਾਂ ਦੇ ਕੇਸ, ਉਹ ਡਿਫਰੈਂਟ ਕੇਸ ਆ, ਉਹ ਡਿਫਰੈਂਟ ਪਾਰਟ 'ਤੇ ਅਸੀਂ ਉਹਨੂੰ ਜਿਹੜਾ ਫੋਲੋ ਅਪ ਕਰਨਾ ਉਹ ਅਲੱਗ ਕਰਾਂਗੇ ਜੀ। ਇਹ ਲਿੰਕ ਜੋੜ ਕੇ ਹੀ ਅਸੀਂ ਜਿਹੜੀ ਸਾਰੀ ਟੋਟਲ ਰਿਕਵਰੀ ਕਰਕੇ 8 ਬੰਦੇ ਫੜੇ ਨੇ ਬੈਕਵਰਡ ਲਿੰਕ ਦੇ। ਹਾਂਜੀ, ਹਾਂਜੀ, ਇਹ ਸਾਰਾ ਆਪਸ 'ਚ ਹੀ, ਇਹ ਟੋਟਲ ਆਪਦਾ ਇੱਕ ਗਰੁੱਪ ਆ ਨਾ, ਸਾਰਾ ਗਰੁੱਪ ਹੀ ਰਲ ਕੇ ਕਰਦਾ, ਕੋਈ ਕੁਛ ਕੰਮ ਕਰਦਾ, ਕੋਈ ਕੁਛ ਕੰਮ ਕਰਦਾ। ਇਹ ਇਹਨਾਂ ਦੇ ਬੈਕਵਰਡ ਲਿੰਕ 'ਚੋਂ ਜਾ ਕੇ ਸਾਰੀ ਡਰੱਗ ਮਨੀ ਆ, 7 ਵਹੀਕਲ ਰਿਕਵਰ ਹੋਏ ਨੇ, 8 ਬੰਦੇ ਫੜੇ ਗਏ ਨੇ, ਇੱਕੋ ਦਮ ਇਕੱਠੇ ਤਾਂ ਫੜੇ ਨੇ। ਇਹ ਹੀ ਇਹਨਾਂ ਦੇ ਲਿੰਕ ਦੀ ਹੈ ਨਾ ਜੀ। ਜੀ ਇੱਦਾਂ ਦੀ ਗੱਲ ਨਹੀਂ ਹੈ, ਜਦੋਂ ਜਦੋਂ ਕ੍ਰੋਸ ਬਾਰਡਰ ਤੋਂ ਆਈ ਆ, ਕਰਿੰਡੇ ਦੇ ਰਹਿਣ ਵਾਲੇ ਆ, ਪਾਕਿਸਤਾਨ ਤੋਂ ਵਾਪਸੋਂ ਉਧਰੋਂ ਮੰਗਾਈ ਆ, ਇਹਦੇ ਫਾਈਨੈਂਸ਼ੀਅਲ ਅਸੀਂ ਇਨਵੈਸਟੀਗੇਸ਼ਨ ਆ ਉਹ ਵੀ ਕਾਫੀ ਕੀਤੀ ਆ, ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਦੌਰਾਨ ਹੀ ਕਰਕੇ 2,00,000 ਰੁਪਇਆ ਡਰੱਗ ਮਨੀ ਵੀ ਰਿਕਵਰ ਕੀਤਾ। ਜਿਹੜਾ ਡਰੋਨ ਦੀ ਜਿਹੜਾ ਐਂਟੀ ਡਰੋਨ ਟੈਕਨੋਲੋਜੀ ਆ, ਉਹ ਸਰਕਾਰ ਵੱਲੋਂ ਡਿਵੈਲਪ ਕਰਨ ਦੀਆਂ ਗੱਲਾਂ ਚੱਲ ਰਹੀਆਂ ਨੇ, ਜਦੋਂ ਤੱਕ ਉਹ ਪ੍ਰੋਪਰ ਆ, ਜਿਹੜਾ ਐਂਟੀ ਡਰੋਨ ਟੈਕਨੋਲੋਜੀ ਪ੍ਰੋਪਰ ਇਸਟੈਬਲਿਸ਼ ਹੋ ਕੇ ਉਹ ਇੰਸਟਾਲ ਨਹੀਂ ਹੁੰਦੀ, ਉਹਨਾਂ ਚਿਰ ਤੱਕ ਆ ਜਿਹੜੀ ਸਾਨੂੰ ਥੋੜ੍ਹੀ ਮੋਟੀ ਇੱਦਾਂ ਦੀ ਜਿਹੜੀ ਇਹ ਜਿਹੜੀ ਆਉਣੀ ਆ, ਸੁਭਾਵ ਕੀ ਆ। ਇਹ ਆਮ ਹੀ ਬੰਦੇ ਆ, ਖੇਤੀਬਾੜੀ ਵਾਲੇ ਘਰਾਂ ਵਾਲੇ ਬੰਦੇ ਨੇ, ਕੋਈ ਇਹਨਾਂ ਦਾ ਕੋਈ ਪੇਸ਼ਾ ਕੋਈ ਕਿੱਤਾ ਨਹੀਂ ਕਰਦੇ। ਇਹ ਰਣਜੀਤ ਸਿੰਘ ਕਾਕਾ ਇਹਨਾਂ ਦਾ ਕਿੰਗ ਪਿੰਨ ਆ, ਉਹਨੇ ਸਾਰਾ ਨੈਕਸਸ ਕ੍ਰੀਏਟ ਕੀਤਾ ਸੀ, ਉਹ ਸੈਂਟਰਲ ਆ, ਉਹਦੇ ਹੀ ਪਾਕਿਸਤਾਨ ਦੇ ਵਿੱਚ ਲਿੰਕ ਸੀ, ਉਹੀ ਬਾਹਰੋਂ ਕੰਟੈਕਟ ਕਰਕੇ ਮੰਗਵਾਉਂਦਾ ਸੀ ਅਤੇ ਗਾਂ ਇਹਨਾਂ ਨੂੰ ਹੈਲਪ ਲੈ ਕੇ ਗਾਂ ਦੀ ਗਾਂ ਭੇਜਦਾ ਸੀ। ਇਹ ਇਹਨਾਂ ਬੰਦਿਆਂ ਨਾਲ ਹੀ ਇਹ ਲੋਕਲ ਸਪਲਾਈ ਵਾਲੇ ਸੀਗੇ, ਇਹਦਾ ਕੋਈ ਬਾਹਰ ਅੰਮ੍ਰਿਤਸਰ ਤੋਂ ਬਾਹਰ ਜਾਂ ਦੂਰ ਕਿਤੇ ਜਾਣਦਾ ਨਹੀਂ, ਅੰਮ੍ਰਿਤਸਰ ਰੂਰਲ ਹੋ ਗਿਆ, ਅੰਮ੍ਰਿਤਸਰ ਸ਼ਹਿਰ ਹੋ ਗਿਆ, ਇਹ ਇੱਥੋਂ ਤੱਕ ਦੀ ਪਹੁੰਚ ਵਾਲੇ ਸੀ। 2017 ਦੇ ਵਿੱਚ ਇੱਕ ਕੰਪਲੇਂਟ ਚੱਲੀ ਜੀ, ਕੈਪਟਨ ਸਾਹਿਬ ਮੁੱਖ ਮੰਤਰੀ ਮਿਲੇ ਸੀ ਅਤੇ ਉਹਨਾਂ ਨੇ ਇੱਕ ਵਾਰੀ ਕਹਿ ਦਿੱਤੀ ਭਾਈ ਨਸ਼ੇ ਬੰਦ ਕਰੋ, ਅਤੇ ਸਾਡੇ ਕੋਲ ਰਿਪੋਰਟਾਂ ਆਈਆਂ ਸੀ ਪੁਲਿਸ ਦੇ ਇਲੀਗਲ ਵੀਜ਼ੇ ਆਪਣੇ ਜਿਹੜੇ ਬੰਦੇ ਵੇਚਦੇ ਸੀ ਭਾਈ
ਦੌੜ ਜੋ ਕੀ ਗ੍ਰੈਜੂਏਟ ਹੁੰਦਾ ਕੋਈ ਗੱਲ ਨਹੀਂ, ਜੇ ਰਾਇਤ ਨੇ ਬੜੀ ਸਖਤੀ ਹੈ ਜੇ ਕੰਮ ਹੋਵੇ ਛੱਡਣ ਵਿੱਚ। ਅੱਜ ਵੀ ਬੜਾ ਮਾਹੌਲ ਉਹ ਪੈਦਾ ਹੋ ਗਿਆ, ਥਾਣੇ ਦੇ ਰਿਪੋਰਟ ਆ ਰਹੀ ਹੈ, ਕਈ ਜਗ੍ਹਾ ਨੂੰ ਆ ਰਹੀ ਹੈ ਰਿਪੋਰਟ, ਕੋਈ ਕਹਿ ਦਿੱਤਾ ਗਿਆ ਵੀ ਭਾਈ ਇਹ ਬੇਸਲੈਸ ਗੱਲ ਆ ਜੀ, ਮੈਨੂੰ ਪੁਰਾਣੀਆਂ ਗੱਲਾਂ ਦਾ ਨਹੀਂ ਪਤਾ। ਜਦੋਂ ਤੋਂ ਸਾਡੇ ਮਾਨਯੋਗ DGP ਸਾਹਿਬ ਸ਼੍ਰੀ ਗੌਰਵ ਯਾਦਵ ਜੀ ਜਾਂ ਜਿਹੜੀ ਮੌਜੂਦਾ ਸਰਕਾਰ ਦੌਰਾਨ ਜਿਹੜਾ ਕੰਮ ਹੋਇਆ, ਅਸੀਂ ਕਦੇ ਨੂੰ ਕਿਸੇ ਨੂੰ ਨਹੀਂ ਕਹਿੰਦੇ ਵੀ ਹੁਣ ਤੁਸੀਂ 1.5 ਮਹੀਨਾ ਸਖਤੀ ਰਹਿਣੀ ਆ ਦੌੜ ਜਾਓ। ਅਸੀਂ ਉਹਦੇ ਤਹਿਤ ਇੱਕ ਹਫ਼ਤੇ 'ਚ 41 ਬੰਦੇ ਫੜਨੇ, 31 ਕੇਸ ਰਜਿਸਟਰ ਕਰਨੇ, ਇਹ ਸਾਡਾ ਕੰਟੀਨਿਊਸ ਪ੍ਰੋਸੈਸ ਆ। ਜਿੱਥੇ ਵੀ ਸਾਨੂੰ ਕੋਈ ਨਸ਼ੇ ਦੀ ਇਨਫੋਰਮੇਸ਼ਨ ਮਿਲੇਗੀ ਅਸੀਂ ਫੜਾਂਗੇ, ਉਹਨਾਂ ਦੀ ਗੱਲ ਨਹੀਂ ਕਿ ਉੱਥੋਂ ਪੁਲਿਸ ਨੇ ਪਾਸੇ ਹੋ ਜਾਣਾ, ਵੀ ਆਰ ਕਮਿਟਡ ਟੂ ਮੇਕ ਇਟ ਡਰੱਗ ਫ੍ਰੀ। ਇਸ ਤੋਂ ਇਲਾਵਾ ਸਾਡੇ ਅੰਮ੍ਰਿਤਸਰ ਪੁਲਿਸ ਨੇ 4 ਵਹੀਕਲ ਸਨੈਚ ਹੋਏ ਸੀ, ਉਹ ਚਾਰੇ ਦੇ ਚਾਰੇ ਸੀ ਸਨੈਚ ਜਿਹੜੇ ਆ ਉਹ ਟਰੇਸ ਕਰ ਲਏ ਆ, ਬੰਦੇ ਫੜ ਲਏ ਆ, ਵਹੀਕਲ ਰਿਕਵਰ ਹੋ ਗਏ ਨੇ, ਜਿਨ੍ਹਾਂ ਤੋਂ ਸਟੋਲਨ ਅਮਾਊਂਟ ਵੀ 4.25 ਲੱਖ ਰੁਪਈਆ ਉਹ ਵੀ ਅਸੀਂ ਰਿਕਵਰ ਕਰ ਲਿਆ। ਇਵੇਂ ਗੈਂਬਲਿੰਗ ਦੇ ਆ, ਆਰਮਜ਼ ਐਕਟ ਦੇ, ਇਹ ਤੋਂ ਇਲਾਵਾ ਅਸੀਂ ਇੱਕ ਹੋਰ ਕੇਸ ਦਰਜ ਕੀਤਾ ਜਿਹਦੇ 'ਚ ਇੱਕ ਪਿਸਟਲ ਹੋਰ ਰਿਕਵਰ ਹੋਇਆ ਵਾ। ਇਹ ਸਾਡੇ 8 ਜਾਂ 10 ਦਿਨਾਂ ਦੀ ਜਿਹੜੀ ਸਾਰੀ ਹੈ ਪ੍ਰੋਗਰੈਸ ਹੈਗੀ ਆ, ਬਟ ਦਿਸ ਇਜ਼ ਦਾ ਮੇਜਰ ਵਨ। ਠੀਕ ਹੈ ਜੀ, ਥੈਂਕ ਯੂ।